बसमान तो हमारा ये पंजाब का ज़िला रिहम्यार खान का आखिरी पंजाब का ज़िला है और हमारे लोगों के नबे फ़ीसद लोग यहाँ पर खेती बाड़ी से जो है ना उनका ताल्लुक है तो आज खेती बाड़ी के बारे में मैं एक ज़िम्मेदार हमारे साथ मौजूद है और काफ़ी ज़मीनें भी काश्त की, की हैं तो मैं इनसे कुछ सवाल करूँगा और ज़बान हमारी होगी सर की अदा असल क्या नाम है अलेक। सितवाडा इडवा खा ਰੀਆਜ਼ ਅੱਜ ਕੱਲ੍ਹ ਕਿਆ ਦੀ ਫਸਲ ਹੈ ਕਿਆ ਦਾ ਮੌਸਮ ਹੈ ਆਪਣੇ ਇਲਾਕੇ ਚ ਸਰੀ ਕਪਾਹ ਕਮਾਨ ਅੱਛਾ ਤੋ ਕਿਹੜੀ ਫਸਲ ਜ਼ਿਆਦਾ ਫਾਇਦਾ ਦਿੰਦੀ ਪਈ ਸਾਕੂ ਸਰੀਆਂ ਸਰੀਆਂ ਅੱਛਾ ਇੱਕ ਵਿੱਗਾ ਜਾਂ ਇੱਕ ਕਨਾਲ ਕਿਤਨੀ ਔਸਾਤ ਦਿੰਦੀ ਪਈ ਸਰੀ ਇਹ ਤੋ 25 ਮਣ ਇਹ ਤੋ 25 ਮਣ ਜ਼ਬਰਦਸਤ ਐਵਰੇਜ ਅੱਛੀ ਹੈ ਜੀ ਤੇ ਕਪਾਹ ਕਿਤਨਾ ਦਿੰਦੀ ਪਈ ਕਪਾਹ ਹਾਈਂ ਥੀਵੇ 20 ਤੋਂ 25 ਮਣ ਅੱਛਾ ਫਾਇਦਾ ਜ਼ਿਆਦਾ ਸਰੀਏ ਚ ਹੈ ਜਾਂ ਕਪਾਹੇ ਚ ਦਾ ਕਪਾਹ ਹੈ ਤੇ ਕਪਾਹ ਖਰਚਾ ਕਿੰਨ੍ਹਾ ਜ਼ਿਆਦਾ ਜ਼ਮੀਨ ਸਰੀ ਦਾ ਘਿੰਦੀ ਹੈ ਜਾਂ ਕਪਾਹ ਦਾ ਕਪਾਹ ਹ ਜਿਹੜੇ ਲੋਕ ਕਮਾਉਂਦੇ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਕਮਾਉਂਦੇ ਸਰੀਏ ਜਾਂ ਕਪਾਹੇ ਜ਼ਿਆਦਾ ਕਮਾਉਂਦੇ ਜ਼ਿਆਦਾ ਕਮਾਉਂ ਕਮਾਉਂਦੇ ਕਟਾਈ ਕਦਾਂ ਸ਼ੁਰੂ ਥਿੰਦੀ ਪਈ ਹੈ 8 ਮਹੀਨੇ 8 ਮਹੀਨੇ ਕਿਹੜੀ ਮੇਲ ਕੋ ਇਥਾਂ ਕਰ ਕਮਾਉਂਦੇ ਵਹਨੇ ਕਿਹੜੀ ਮੇਲ ਤੇ ਜਨਪੁਰ ਜਨਪੁਰ ਸ਼ੋਗਰ ਮੇਲ ਤੇ ਅੱਛਾ ਤੋ ਮਾਲ ਜਾਨਵਰ ਵਗੈਰਾ ਵੀ ਪੱਲੇ ਨੇ ਵੇ ਕੀ ਜਾਨਵਰ ਪਾਲੀ ਖੜੇ ਵੇ ਨੇ ਬੱਕਰੀਆਂ ਭੇਡਾਂ ਯਾਰ ਆਊਟ ਕਲਾਸ ਭਾਈ ਜ਼ਿਆਦਾ ਕਾਰੋਬਾਰ ਅਗਰ ਬੰਦਾ ਕਰ ਰਿਹਾ ਹੈ ਜਾਨਵਰਾਂ ਦਾ ਮੋਵੇਸ਼ੀ ਦਾ ਤਾਂ ਬੱਕਰੀਆਂ ਰੱਖਣਾ ਚਾਹੀਦੇ ਨੇ ਮੰਜਹੀ ਯਗ ਵਿੱਚ ਫਾਇਦਾ ਕਿਆ ਦਿੰਦੀ ਹੈ ਫਾਇਦਾ ਭੇਡਾਂ ਦੇ ਭੇਡ ਅੱਛਾ ਜ਼ਬਰਦਸਤ ਐ ਦੱਸੋ ਭਈ ਤੁਸੀਂ ਹੁਣ ਅਗੀ ਤੇ ਇਹ ਫਸਲ ਖਤਮ ਕਰ ਤੇ ਗੰਦਮ ਦੀ ਕਾਸ਼ਟ ਕੱਢਣ ਕਰ ਉਸ ਯਾਰ 6 ਮਹੀਨੇ ਯਾਰ 6 ਮਹੀਨੇ ਦੇ ਵਿੱਚ ਅਗਰ ਅਸਾਂ ਕੋ ਦਸੰਬਰ 12ਵੇਂ ਮਹੀਨੇ ਦੇ ਪਹਿਲੇ ਹਫਤੇ ਚ ਵੀ ਕਰ ਗਏ ਨੂੰ ਦਾ ਨੁਕਸਾਨ ਹੈ ਕੋਈ ਨੁਕਸਾਨ ਕਹ ਨਹੀਂ ਅੱਛਾ ਤੇ ਤੁਸੀਂ ਆਪ ਦੇ ਇਲਾਕੇ ਦੇ ਜ਼ਿੰਮੇਦਾਰਾਂ ਕੀ ਆਖਾਂ ਚਾਹੁੰਦੇ ਵੇ ਇਹਨੇ ਪਤਾ ਕੀ ਆਖਾਂ ਭਾਈ ਕਿਹੜੀ ਫਸਲ ਕਾਸ਼ਤ ਕਰਨ ਅਗੂ ਤੇ ਕਣਕ ਜੋ ਅਮਦੀ ਪੀ ਹੈ ਉਥਾ ਕਣਕ ਕਰਨ ਜਾਂ ਕੋਈ ਬਈ ਵੀ ਕਰਨ ਰਾਇਆ ਕਰ ਸਕਦੇ ਹਾਂ ਤੇ ਹੀ ਸਾਲ ਜਾਨਵਰ ਨਾ ਰੇਟ ਅੱਛਾ ਹਾ ਮੰਡੀ ਤੇ ਜ਼ਬਰਦਸਤ ਹਾ ਤਾਂ ਇਨਸ਼ਾਅੱਲਾ ਤੋਂ ਸਾਡੇ ਇਹ ਹਕੂਮਤ ਦੇ ਪਾਕਿਸਤਾਨ ਜਿਹੜਾ ਰੇਟ ਲੈਂਦੀ ਪਈ ਫਸਲਾਂ ਦਾ ਤੋਂ ਸਾਂ ਇਹਨੇ ਯਕਰਾਂ ਕਿ ਨੂੰ ਖੁਸ਼ ਹੋਵੇ ਬਿਲਕੁਲ ਜ਼ਬਰਦਸਤ ਫਸਲਾਂ ਔਰ ਮਤਮੈਨ ਹੋਵੇ ਡੀਜ਼ਲ ਤੇ ਪੈਟਰੋਲ ਦਾ ਰੇਟ ਜੋ ਵਧ ਗਿਆ ਵਾਲਾ ਇੱਥਾ ਕੋਈ ਮਸਲਾ ਹੈ ਥੀਨਾ ਪੇ ਤੋ ਕੋ ਮੁਸ਼ਕਿਲ ਥੀਨੀ ਪਈ ਜਾ ਕਿਆ ਕਰਨ ਜ਼ਲੀਲ ਕੇ ਟੀਕਾ ਜ਼ਲੀਲ ਕਰ ਰਹੀ ਤੇ ਚਲੋ ਅੱਲਾ ਰਹਿਮਤ ਕਰੇ ਸੇ ਅੱਲਾ ਸੇ ਡੀਜ਼ਲ ਵਧਾਈ ਖੜੇ ਨੇ ਕਾਂਡ ਵਧਾਈ ਖੜੇ ਨੇ ਅਤਾ ਗਰੀਬ ਬੰਦੇ ਤੇ ਕਿੱਥਾ ਬਣੀ अच्छा हां एक ਗੱਲ ਤਾਂ আচ্ছা ਮਾਖੇ ਅੱਜਕੱਲ ਸਿਜ਼ਨ ਆਇਆ ਪੇ ਮਾਖਿਆ ਲੈਣੇ ਖੜੇ ਵੇ ਮਾਖਿਆ ਅਸਾਂ ਗੰਨ ਲੈਣੇ ਦੇ ਛੋਕਰੇ ਵਦਨ ਲੈਹਿੰਦੇ ਵਦਨ ਹੁਣਾਂ ਇਹਨਾਂ ਨੂੰ ਪਤਾ ਕਰੀ ਸੇ

ਤੇ ਅਸਾਰੇ ਨਾਲ ਇਨ ਚੈਨਲ ਦੇ ਆਨਰ ਵੀ ਬੈਠਨ ਕਲੀਮ ਖਾਨ ਬਲੋਚ ਸਾਹਿਬ ਉਹਨੇ ਕੋਈ ਅਸਾਂ ਸਲਾਮ ਪੇਸ਼ ਕਰਨ ਨੂੰ ਕਲੀਮ ਭਾਈ ਮੇਰਾ ਇੱਕ ਸਵਾਲ ਹੈ ਤੂੰ ਸਾਡਾ ਵੀ ਮਵੇਸ਼ੀ ਦੇ ਨਾਲ ਲੈ ਕੇ ਦੁੱਧ ਦਾ ਕਾਰੋਬਾਰ ਕਰਨ ਦੇ ਵੇ ਕਿ ਕਿ ਰਹਾ ਐਸਾ ਮਹੀਨਾ ਜਿੰਦੇ ਚ ਦੁੱਧ ਜ਼ਿਆਦਾ ਪੈਦਾਵਾਰ ਚ ਆਉਂਦੇ ਜਾਂ ਕਮ ਪੈਦਾਵਾਰ ਇੱਕ ਮਹੀਨਾ ਦੱਸੋ ਜਿੰਦੇ ਦੁੱਧ ਜ਼ਿਆਦਾ ਹੁੰਦੇ ਇੱਕ ਮਹੀਨਾ ਇਹ ਦੱਸੋ ਜਿੰਦੇ ਕਮ ਤਰੀਨ ਹੁੰਦੇ ਇਹ ਹੁਣ ਵਾਲੇ ਚ ਕਮ ਤਰੀਨ ਹੈ ਬਿਲਕੁਲ ਅੱਛਾ ਤੂੰ ਜਰਾ ਅਗਲਾ ਮਹੀਨਾ ਹੁਣ ਵਾਲਾ ਇਹਨਾਂ ਦੇ ਬਿਹਤਰੀਨ ਘਾਹ ਸ਼ਾਲਾ ਹੈ ਹਨ ਬਿਹਤਰੀਨ ਉਹਨੇ ਵਾਲਾ ਖੇਰ ਐਸੀ ਐਸੀ 10ਵੇਂ ਮਹੀਨੇ ਚ ਘਾਹ ਦੀ ਕਮੀ ਦੀ ਵਜ੍ਹਾ ਕੇ ਉਹ ਦਸਨ ਦੁੱਧ ਦੀ پیداوار ਕਮ ਥੀ ਵੰਦੀ ਐ ਲੋ ਥੀ ਵੰਦੀ ਐ ਲੇਕਿਨ ਅਗਲੇ ਮਹੀਨੇ ਦੁੱਧ ਆਪ ਥੀ ਵੈਸੇ ਅਸਾਇ ਨਾਲ ਅਸੀਫ ਭਾਈ ਬੈਠੇ ਹਨ ਅਸੀਫ ਸਾਹਿਬ ਜਾਂ ਮਾਸੇ ਸਾਹਿਬ ਜਿਹੜਾ ਨਾ ਦੁੰਬੇ ਪਲੇਨਨ ਲੈ ਲੈ ਪਲੇਨਨ ਬਹੁਤ ਅੱਛੇ ਯਾਨੀ ਕਿ ਕੁਰਬਾਨੀ ਤੇ ਜਾਨਵਰ ਬਹੁਤ ਜ਼ਿਆਦਾ ਤਾਂ ਅਸੀਫ ਵੀ ਇੰਨ ਸਾਲ ਕਿਤਨੇ ਲੈਲੇ ਤਿਆਰ ਕੀਤੇ ਖੜੇ ਹਨ ਇੰਨ ਸਾਲ ਸੀ ਸਾਰਾ ਇੱਕ ਲੈਲਾ ਹੈ ਅੱਛਾ

अगरि छवंजा सौ वई खाध डी ए पी जी ॿोरी त हूं खपे सत हज़ार ऐं आवाम

पाकिस्तान ज़िंदबाद इनशा ई चैनल जे उते रोज़ाना हिकु प्रोग्राम तेतीबाड़ी और पंजाब जे हवाले सां मिलंदा रह थू वैरी मच तमाम दोस्त वीडियो को लाइक बि करनि ते शेयर बि करनि और सबसक्राइब बि करनि सारा चैनल